ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਜੋ ਮਸਲ ਵਿੱਚ ਪੰਪ ਆਉਂਦਾ ਉਹ ਪੰਪ ਸਾਡੀਆਂ ਨਾੜਾਂ ਅੰਦਰ ਬਣਨ ਵਾਲੀ ਨਾਈਟ੍ਰਿਕ ਆਕਸਾਈਡ ਨਾਂ ਦੀ ਗੈਸ ਕਾਰਨ ਆਉਂਦਾ। ਇਹ ਜੋ ਨਾਈਟ੍ਰਿਕ ਆਕਸਾਈਡ ਨਾਂ ਦੀ ਗੈਸ ਹੈ ਇਹ ਸਾਡੀਆਂ ਨਾੜਾਂ ਦੀ ਜੋ ਅੰਦਰਲੀ ਪਰਤ ਹੈ ਉਸ ਵਿੱਚੋਂ ਰਿਲੀਜ਼ ਹੁੰਦੀ ਹੈ। ਇਹ ਜੋ ਨਾਈਟ੍ਰਿਕ ਆਕਸਾਈਡ ਜਾਂ NO ਨਾਂ ਦੀ ਗੈਸ ਹੈ ਇਹ ਕੁਝ ਸਕਿੰਟਾਂ ਲਈ ਰਿਲੀਜ਼ ਕੁਝ ਸਕਿੰਟਾਂ ਲਈ ਪੈਦਾ ਹੁੰਦੀ ਹੈ ਅਤੇ ਤੁਰੰਤ ਖਤਮ ਹੋ ਜਾਂਦੀ ਹੈ। ਤਾਂ ਜਿੰਨੀ ਜ਼ਿਆਦਾ ਨਾਈਟ੍ਰਿਕ ਆਕਸਾਈਡ ਤੁਹਾਡੀ ਬੋਡੀ ਵਿੱਚ ਪੈਦਾ ਹੋਵੇਗੀ ਤੁਹਾਡੇ ਮਸਲ ਵਿੱਚ ਜੋ ਪੰਪ ਹੈ ਉਹ ਓਨਾ ਹੀ ਜ਼ਿਆਦਾ ਆਵੇਗਾ। ਤਾਂ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੇ ਸਰੀਰ ਵਿੱਚ ਇਹ ਜੋ ਨਾਈਟ੍ਰਿਕ ਆਕਸਾਈਡ ਨਾਂ ਦੀ ਗੈਸ ਹੈ ਇਹ ਜ਼ਿਆਦਾ ਤੋਂ ਜ਼ਿਆਦਾ ਬਣੇ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਹ ਸਾਡੀਆਂ ਨਾੜਾਂ ਵਿੱਚ ਸਾਡੇ ਮਸਲ ਵਿੱਚ ਮੌਜੂਦ ਰਹੇ। ਇਸ ਪ੍ਰਕਾਰ ਤੁਹਾਡੇ ਮਸਲ ਵੀ ਜਲਦੀ ਬਣਨਗੇ, ਤੁਹਾਡੀ ਤਾਕਤ ਵੀ ਜਲਦੀ ਵਧੇਗੀ ਅਤੇ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਵਧਣ ਦੀ ਮੁਸ਼ਕਲ ਹੈ ਤਾਂ ਉਹ ਵੀ ਬਹੁਤ ਜਲਦੀ ਹੱਲ ਹੋ ਜਾਵੇਗੀ। ਤਾਂ ਇਸ ਲਈ ਮੈਂ ਤੁਹਾਨੂੰ ਇੱਕ ਤਕਨੀਕ ਦੱਸਦਾ ਕਿ ਜਦੋਂ ਵੀ ਤੁਸੀਂ ਕਸਰਤ ਕਰੋ ਤਾਂ ਹਮੇਸ਼ਾ ਨੱਕ ਨਾਲ ਸਾਹ ਲਓ। ਖਾਸ ਤੌਰ 'ਤੇ ਜਦੋਂ ਤੁਸੀਂ ਕੋਈ ਵੀ ਭਾਰੇ ਵਜਨ ਵਾਲਾ ਸੈੱਟ ਖਤਮ ਕਰੋ ਤਾਂ ਸੈੱਟ ਖਤਮ ਕਰਨ ਤੋਂ ਤੁਰੰਤ ਬਾਅਦ ਨੱਕ ਰਾਹੀਂ ਸਾਹ ਲਓ। ਪਹਿਲਾਂ ਚਾਹੇ ਸੈੱਟ ਲਾਉਣ ਦੌਰਾਨ ਚਾਹੇ ਤੁਸੀਂ ਮੂੰਹ ਨਾਲ ਸਾਹ ਲੈ ਰਹੇ ਹੋਵੋ ਪਰ ਸੈੱਟ ਖਤਮ ਹੋਣ 'ਤੇ ਤੁਰੰਤ ਨੱਕ ਨਾਲ ਸਾਹ ਖਿੱਚੋ ਅਤੇ ਪੇਟ ਨੂੰ ਫੁਲਾ ਲਓ। ਛਾਤੀ ਨੂੰ ਨਾ ਫੁਲਾਓ, ਪੇਟ ਨੂੰ ਫੁਲਾਓ। ਜਿੰਨਾ ਹੋ ਸਕਦਾ ਆਪਣੇ ਪੇਟ ਨੂੰ ਫੁਲਾਓ ਸਾਹ ਖਿੱਚਦੇ ਹੋਏ ਅਤੇ ਉਸ ਤੋਂ ਬਾਅਦ ਹੋਰ ਸਾਹ ਨੂੰ ਅੰਦਰ ਖਿੱਚੋ ਅਤੇ ਆਪਣੀ ਛਾਤੀ ਨੂੰ ਵੀ ਫੁਲਾ ਲਓ ਅਤੇ ਇਸ ਪ੍ਰਕਾਰ ਜਿੰਨੀ ਦੇਰ ਹੋ ਸਕੇ ਆਪਣੇ ਸਾਹ ਨੂੰ ਰੋਕੀ ਰੱਖੋ ਅਤੇ ਇਸ ਤੋਂ ਬਾਅਦ ਜਦੋਂ ਜ਼ਬਰਦਸਤੀ ਤੁਹਾਨੂੰ ਸਾਹ ਕੱਢਣਾ ਪਵੇ, ਜ਼ਬਰਦਸਤੀ ਤੁਹਾਡਾ ਸਾਹ ਬਾਹਰ ਨਿਕਲੇ ਤਾਂ ਉਸ ਵਕਤ ਸਿਰਫ ਨੱਕ ਨਾਲ ਹੀ ਸਾਹ ਲਓ। ਤਾਂ ਸਾਹ ਛੱਡਣ ਤੋਂ ਬਾਅਦ 6-7 ਜਾਂ 10 ਤੱਕ ਜੋ ਸਾਹ ਲੈਣੇ ਆ ਤੁਸੀਂ ਉਹ ਲੰਮੇ ਲੈਣੇ ਆ ਅਤੇ ਸਿਰਫ ਨੱਕ ਰਾਹੀਂ ਲੈਣੇ ਆ। ਤਾਂ ਇਸ ਪ੍ਰਕਾਰ ਅਗਲੇ ਸੈੱਟ ਵਿੱਚ ਮੇਰੀ ਗਰੰਟੀ ਹੈ ਤੁਹਾਨੂੰ ਅਗਲੇ ਸੈੱਟ ਵਿੱਚ ਤੁਹਾਨੂੰ ਆਪਣੀ ਤਾਕਤ ਥੋੜ੍ਹੀ ਵਧੀ ਹੋਈ ਮਿਲੇਗੀ ਅਤੇ ਤੁਹਾਨੂੰ ਰੈਪਸ ਵੀ ਥੋੜ੍ਹੇ ਆਸਾਨ ਲੱਗਣਗੇ ਲਾਉਣੇ ਪਿਛਲੇ ਸੈੱਟ ਦੀ ਤੁਲਨਾ ਵਿੱਚ। ਤਾਂ ਇਸ ਪ੍ਰਕਾਰ ਤੁਸੀਂ ਕੁਦਰਤੀ ਤਕਨੀਕ ਨਾਲ ਆਪਣੇ ਮਸਲ ਦੇ ਪੰਪ ਨੂੰ ਵਧਾ ਸਕਦੇ ਹੋ, ਯਾਨੀ ਆਪਣੇ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਗੈਸ ਨੂੰ ਜ਼ਿਆਦਾ ਪੈਦਾ ਕਰ ਸਕਦੇ ਹੋ। ਹਾਂ, ਜੇ ਤੁਹਾਨੂੰ ਦਿਲ ਨਾਲ ਸੰਬੰਧਿਤ ਕਿਸੇ ਪ੍ਰਕਾਰ ਦੀ ਬਿਮਾਰੀ ਹੈ ਤਾਂ ਇਸ ਤਕਨੀਕ ਨੂੰ ਵਰਤਣ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤੋ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਤਾਂ ਇਸ ਤਕਨੀਕ ਨੂੰ ਬਿਲਕੁਲ ਵੀ ਨਾ ਵਰਤੋ। ਅਤੇ ਜਦੋਂ ਤੁਸੀਂ ਸਾਹ ਰੋਕਣਾ ਕੋਸ਼ਿਸ਼ ਕਰੋ ਕਿ ਉਸ ਸਮੇਂ ਤੁਸੀਂ ਲੇਟ ਜਾਓ, ਕਿਉਂਕਿ ਸ਼ੁਰੂ ਵਿੱਚ ਇਸ ਤਕਨੀਕ ਨੂੰ ਇਸਤੇਮਾਲ ਕਰਦੇ ਹੋਏ ਤੁਹਾਨੂੰ ਚੱਕਰ ਆ ਸਕਦੇ ਆ। ਤਾਂ ਇਹ ਗੱਲ ਹੋ ਗਈ ਨਾਈਟ੍ਰਿਕ ਆਕਸਾਈਡ ਗੈਸ ਨੂੰ ਵਧਾਉਣ ਦੀ। ਹੁਣ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਕਿ ਜਿਸ ਕਾਰਨ ਤੁਹਾਡੇ ਸਰੀਰ ਵਿੱਚ ਜੋ ਇਹ ਨਾਈਟ੍ਰਿਕ ਆਕਸਾਈਡ ਨਾਂ ਦੀ ਗੈਸ ਹੈ ਇਹ ਘੱਟ ਬਣਨਾ ਸ਼ੁਰੂ ਹੋ ਜਾਂਦੀ ਹੈ। ਇਹੋ ਜਿਹੇ ਬਹੁਤ ਸਾਰੇ ਕਾਰਨ ਆ, ਪਰ ਅੱਜ ਮੈਂ ਫਿਲਹਾਲ ਤੁਹਾਨੂੰ ਇੱਕ ਹੀ ਕਾਰਨ ਦੱਸਦਾ ਕਿ ਜੇ ਤੁਸੀਂ ਮਾਊਥ ਵਾਸ਼ ਦਾ ਇਸਤੇਮਾਲ ਕਰਦੇ ਤਾਂ ਤੁਹਾਡੇ ਜੋ ਮਸਲ ਵਿੱਚ ਪੰਪ ਹੈ ਉਹ ਘੱਟ ਆਵੇਗਾ। ਕਿਉਂ? ਇਹ ਜੋ ਮਾਊਥ ਵਾਸ਼ ਹੈ ਇਹ ਇਹਨਾਂ ਵਿੱਚ ਐਂਟੀਬੈਕਟੀਰੀਅਲ ਤੱਤ ਪਾਏ ਹੁੰਦੇ ਆ। ਤਾਂ ਜਦੋਂ ਤੁਸੀਂ ਇਸ ਨਾਲ ਕੁਰਲੀ ਕਰਦੇ ਹੋ, ਆਪਣੇ ਮੂੰਹ ਨੂੰ ਸਾਫ਼ ਕਰਦੇ ਹੋ, ਤਾਂ ਇਹ ਜੋ ਐਂਟੀਬੈਕਟੀਰੀਅਲ ਤੱਤ ਹੈ ਤੁਹਾਡੇ ਸਰੀਰ ਵਿੱਚ ਚਲੇ ਜਾਂਦੇ ਆ। ਤਾਂ ਇਹ ਜੋ ਐਂਟੀਬੈਕਟੀਰੀਅਲ ਤੱਤ ਹੈ ਉਹ ਤੁਹਾਡੇ ਸਰੀਰ ਵਿੱਚ ਚਲੇ ਜਾਂਦੇ ਆ ਅਤੇ ਨਾਈਟ੍ਰਿਕ ਆਕਸਾਈਡ ਗੈਸ ਨੂੰ ਘਟਾ ਦਿੰਦੇ ਆ, ਉਸ ਦੀ ਜੋ ਬਾਇਓ ਅਵੇਲੇਬਿਲਟੀ ਹੈ ਉਸ ਨੂੰ ਵੀ ਘਟਾ ਦਿੰਦੇ ਆ, ਯਾਨੀ ਉਸ ਨੂੰ ਨਾਈਟ੍ਰਿਕ ਆਕਸਾਈਡ ਨੂੰ ਬੇਅਸਰ ਕਰ ਦਿੰਦੇ ਆ। ਤਾਂ ਕਿਹਾ ਤਾਂ ਇੱਥੋਂ ਤੱਕ ਜਾਂਦਾ ਕਿ ਜ਼ਿਆਦਾ ਮਾਊਥ ਵਾਸ਼ ਦਾ ਇਸਤੇਮਾਲ ਕਰਨ 'ਤੇ
ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਦੀ ਮੁਸ਼ਕਲ ਵੀ ਹੋ ਸਕਦੀ ਹੈ। ਤੁਹਾਡਾ ਗ੍ਰਹਿਸਥ ਜੀਵਨ ਆ ਜੋ ਉਸ ਉੱਪਰ ਵੀ ਇਸ ਦਾ ਬਹੁਤ ਮਾੜਾ ਅਸਰ ਹੋ ਸਕਦਾ ਕਿਉਂਕਿ ਜੋ ਪੀਨਸ ਵਿੱਚ ਇਰੈਕਸ਼ਨ ਆਉਂਦੀ ਹੈ ਉਹ ਵੀ ਨਾਈਟ੍ਰਿਕ ਆਕਸਾਈਡ ਗੈਸ ਕਾਰਨ ਹੀ ਆਉਂਦੀ ਹੈ। ਯਾਨੀ ਜੇ ਤੁਹਾਡੇ ਮਸਲ ਜਿਮ ਵਿੱਚ ਘੱਟ ਪੰਪ ਹੋਣਗੇ ਤਾਂ ਤੁਹਾਡਾ ਜੋ ਪੀਨਸ ਹੈ ਉਹ ਵੀ ਬਿਨਾਂ ਸ਼ੱਕ ਸਹੀ ਸਮੇਂ 'ਤੇ ਘੱਟ ਇਰੈਕਟ ਹੋਵੇਗਾ। ਤਾਂ ਬਹੁਤ ਸਾਰੇ ਕਾਰਨ ਨਾਈਟ੍ਰਿਕ ਆਕਸਾਈਡ ਘਟਣ ਦੇ ਅੱਜ ਦੇ ਜ਼ਮਾਨੇ ਵਿੱਚ, ਪਰ ਅੱਜ ਮੈਂ ਫਿਲਹਾਲ ਤੁਹਾਨੂੰ ਮਾਊਥ ਵਾਸ਼ ਬਾਰੇ ਦੱਸ ਰਿਹਾ। ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਮਾਊਥ ਵਾਸ਼ ਦਾ ਇਸਤੇਮਾਲ ਨਾ ਕਰੋ।